ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਦੋਸਤ ਜੈਦੀਪ ਮਿੱਤਰਾ ਅਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਜੀ ਬੱਤੀ ਬਾਲ ਕੇ। ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਹਰ ਜਗ੍ਹਾ ਪ੍ਰੋਗਰੈਸ ਹੈ, ਇੰਡੀਆ ਤਰੱਕੀ ਕਰ ਰਿਹਾ, ਹਰ ਫੀਲਡ 'ਚ ਤਰੱਕੀ ਕਰ ਰਿਹਾ ਅਤੇ ਰੀਸੈਂਟਲੀ ਆਪਾਂ ਚੰਦਰਮਾ ਦੀ ਉਡਾਰੀ ਵੀ ਭਰੀ, ਪਰ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਵੀ ਤਰੱਕੀ ਕਰ ਰਹੀ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਪੰਜਾਬੀ ਫਿਲਮ ਇੰਡਸਟਰੀ 'ਚ ਇੰਨੀ ਵਰਾਇਟੀ ਹੁਣ ਆ ਰਹੀ ਹੈ ਕਿ ਸਾਨੂੰ ਹਰ ਵਾਰ ਕੁਛ ਡਿਫਰੈਂਟ ਵੇਖਣ ਨੂੰ ਮਿਲਦਾ ਹੈ। ਅਤੇ ਇਸ ਫਰਾਈਡੇ ਰਿਲੀਜ਼ ਹੋਈ ਹੈ ਪੰਜਾਬੀ ਫਿਲਮ ਚੱਲ ਮੇਰਾ ਪੁੱਤ, ਜੋ ਕਿ ਸੁਪਰ ਡੂਪਰ ਐਂਟਰਟੇਨਿੰਗ ਫਿਲਮ ਹੈ। ਚੱਲ ਮੇਰਾ ਪੁੱਤ ਵੇਖਣ 'ਚ ਜਿੰਨੀ ਇੰਟਰਸਟਿੰਗ ਫਿਲਮ ਹੈ ਉਨੀ ਹੀ ਇੰਟਰਸਟਿੰਗ ਇਹਨੂੰ ਇਸ ਫਿਲਮ ਦੀ ਸਟਾਰ ਕਾਸਟ ਬਣਾਉਂਦੀ ਹੈ। ਇਸ ਫਿਲਮ 'ਚ ਨਜ਼ਰ ਆ ਰਹੇ ਨੇ ਅਮਰਿੰਦਰ ਗਿੱਲ, ਹਰਦੀਪ ਗਿੱਲ, ਗੁਰਸ਼ਬ ਅਤੇ ਇਫਤਿਕਾਰ ਠਾਕੁਰ ਵਰਗੇ ਕਲਾਕਾਰ। ਇਫਤਿਕਾਰ ਠਾਕੁਰ ਨਾਸਰ ਹੁਣ ਇਹੋ ਜਿਹੇ ਪਾਕਿਸਤਾਨ ਦੇ ਡਰਾਮਾ ਆਰਟਿਸਟ ਹੈ ਜਿਨ੍ਹਾਂ ਨੇ ਲੋਕਾਂ ਦਾ ਦਿਲ ਆਲਰੇਡੀ ਜਿੱਤਿਆ ਹੈ, ਅਤੇ ਫਿਲਮ 'ਚ ਦੇਖਣਾ ਉਹਨਾਂ ਨੂੰ ਇੱਕ ਟ੍ਰੀਟ ਤੋਂ ਘੱਟ ਨਹੀਂ ਹੈ। ਕਿਉਂਕਿ ਕੀ ਹੁੰਦਾ ਕਿ ਜਦੋਂ ਕੋਈ ਡਰਾਮਾ ਆਰਟਿਸਟ ਜਾਂ ਥੀਏਟਰ ਆਰਟਿਸਟ ਫਿਲਮ 'ਚ ਪਰਫੋਰਮ ਕਰਦਾ ਤਾਂ ਉਹਨਾਂ ਦੀ ਜਿਹੜੀ ਡਿਲੀਵਰੀ ਹੁੰਦੀ ਹੈ, ਉਹਨਾਂ ਦੀ ਪਰਫੋਰਮੈਂਸ ਹੁੰਦੀ ਹੈ, ਉਹ ਥੀਏਟਰ ਵਰਗੀ ਹੁੰਦੀ ਹੈ, ਉਹ ਸਟੇਜ ਵਰਗੀ ਹੁੰਦੀ ਹੈ। ਬਟ ਇੰਟਰਸਟਿੰਗਲੀ ਇਸ ਫਿਲਮ 'ਚ ਇਹ ਮੈਂ ਡਾਇਰੈਕਟਰ ਨੂੰ ਵਧਾਈ ਦੇਣਾ ਚਾਹਾਂਗਾ, ਜਿਸ ਤਰ੍ਹਾਂ ਦਾ ਕੰਮ ਉਹਨਾਂ ਤੋਂ ਕਰਵਾਇਆ ਗਿਆ ਉਹ ਬਿਲਕੁਲ ਸਿਨੇਮੈਟਿਕ ਲੱਗ ਰਿਹਾ, ਅਤੇ ਜਿਹੜੇ ਉਹਨਾਂ ਦੇ ਐਕਸਪ੍ਰੈਸ਼ਨਸ ਹੈ, ਡਾਇਲੋਗ ਡਿਲੀਵਰੀ ਹੈ, ਉਹ ਵੀ ਬਹੁਤ ਕਮਾਲ ਦਾ ਹੈ। ਸੋ ਇਸ ਫਿਲਮ ਦੀ ਜਿਹੜੀ ਸਾਰੀ ਕਹਾਣੀ ਹੈ, ਇਸ ਫਿਲਮ ਦਾ ਜਿਹੜਾ ਸਾਰਾ ਸੈਟਅਪ ਹੈ, ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਉੱਪਰ ਇਸ ਫਿਲਮ ਦੀ ਕਾਸਟ ਹੈ। ਅੱਛਾ, ਫਿਲਮ ਦੇ ਪਲੋਟ ਦੀ ਗੱਲ ਕਰੀਏ ਤਾਂ ਫਿਲਮ ਦੇ ਪਲੋਟ 'ਚ ਕੁਛ ਨਵਾਂ ਤਾਂ ਨਹੀਂ ਹੈ, ਪਰ ਹਾਂ ਜਿਸ ਤਰ੍ਹਾਂ ਫਿਲਮ ਦੇ ਪਲੋਟ ਨੂੰ ਲਿਖਿਆ ਗਿਆ, ਜਿਸ ਤਰ੍ਹਾਂ ਵੀਵ ਕੀਤਾ ਗਿਆ, ਉਹ ਕਾਫੀ ਇੰਟਰਸਟਿੰਗ ਹੈ। ਹੁਣ ਫਿਲਮ ਦੀ ਕਹਾਣੀ ਇਹ ਹੈ ਕਿ ਕੁਛ ਲੋਕ ਆਪਣੇ ਵਤਨ ਨੂੰ ਛੱਡ ਕੇ ਅਬਰੋਡ ਜਾਂਦੇ ਨੇ, ਉੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਨੇ, ਉੱਥੇ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਅਤੇ ਉਸ ਦੌਰਾਨ ਉਹ ਕਿਸ ਕਿਸ ਸਟਰਗਲ ਤੋਂ ਗੁਜ਼ਰਦੇ ਨੇ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ, ਅਤੇ ਜਿਹੜਾ ਪਰਾਇਆ ਮੁਲਕ ਹੈ ਉਹ ਇੱਕ ਵਕਤ 'ਚ ਕਿੰਨਾ ਤੁਹਾਡੇ ਲਈ ਪਰਾਇਆ ਬਣ ਜਾਂਦਾ ਹੈ, ਇਹ ਫਿਲਮ ਦੀ ਕਹਾਣੀ ਹੈ। ਹੁਣ ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕਰ ਚੁੱਕਿਆ, ਜਿਹੜੇ ਕਿ ਫਿਲਮ ਦੇ ਕੈਰੇਕਟਰਸ ਹੈ ਉਹ ਕਾਫੀ ਇੰਟਰਸਟਿੰਗ ਹੈ, ਇਸ ਫਿਲਮ ਦੇ ਬੈਕਬੋਨ ਹੈ। ਉਸ ਤੋਂ ਇਲਾਵਾ ਜਿਹੜੇ ਫਿਲਮ 'ਚ ਸਿਚੁਏਸ਼ਨਲ ਕਾਮੇਡੀ ਹੈ ਉਹ ਵੀ ਕਾਫੀ ਤਰੀਫੇ ਲਾਈਕ ਹੈ। ਹੁਣ ਜਿਵੇਂ ਮੈਂ ਬਿਗਨਿੰਗ 'ਚ ਕਿਹਾ ਕਿ ਸਾਨੂੰ ਪਿਛਲੇ ਕੁਛ ਹਫ਼ਤਿਆਂ ਤੋਂ ਅਲੱਗ ਅਲੱਗ ਤਰ੍ਹਾਂ ਦੀਆਂ ਫਿਲਮਾਂ ਵੇਖਣ ਨੂੰ ਮਿਲ ਰਹੀਆਂ ਨੇ, ਸਾਡਾ ਜਿਹੜਾ ਇਸਰੋ ਹੈ ਉਹ ਵੀ ਤਰੱਕੀ ਕਰ ਰਿਹਾ, ਪੰਜਾਬੀ ਫਿਲਮ ਇੰਡਸਟਰੀ ਵੀ ਤਰੱਕੀ ਕਰ ਰਹੀ ਹੈ। ਸੋ ਮੇਰਾ ਭਾਵ ਇਹ ਸੀ ਕਿ ਪੰਜਾਬੀ ਸਿਨੇਮਾ ਦਾ ਜਿਹੜਾ ਇੱਕ ਟ੍ਰੈਂਡ ਹੈ ਕਾਮੇਡੀ, ਉਹ ਇਸ ਇੰਡਸਟਰੀ ਦਾ ਬਹੁਤ ਕਾਮਨ ਟ੍ਰੈਂਡ ਰਹਿ ਚੁੱਕਿਆ। ਚੱਲ ਮੇਰਾ ਪੁੱਤ ਵੀ ਇੱਕ ਕਾਮੇਡੀ ਫਿਲਮ ਹੈ, ਪਰ ਇਸ 'ਚ ਜਿਸ ਹਿਸਾਬ ਦੀ ਕਾਮੇਡੀ ਯੂਜ਼ ਕੀਤੀ ਗਈ ਹੈ ਉਹ ਆਫਕੋਰਸ ਸਿਚੁਏਸ਼ਨਲ ਤਾਂ ਹੈ ਹੀ, ਪਰ ਇਸ ਫਿਲਮ 'ਚ ਬਹੁਤ ਹੀ ਅੱਛਾ ਕੋਂਬੀਨੇਸ਼ਨ ਕਾਮੇਡੀ ਦਾ ਦੇਖਣ ਨੂੰ ਮਿਲਿਆ। ਕਿਉਂਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਕਾਮੇਡੀ ਦੇ ਵੀ ਅਲੱਗ ਅਲੱਗ ਜੋਨਰ ਹੁੰਦੇ ਨੇ, ਜਿਸ ਤਰ੍ਹਾਂ ਡੈੱਡ ਪੈਨ ਕਾਮੇਡੀ ਹੁੰਦੀ ਹੈ, ਪੋਕਰ ਫੇਸ ਕਾਮੇਡੀ ਹੁੰਦੀ ਹੈ, ਅਤੇ ਜਿਹੜੀ ਇਹ ਫਿਲਮ ਹੈ ਇਹ ਹਰ ਤਰ੍ਹਾਂ ਦੀ ਕਾਮੇਡੀ ਦਾ ਕਲਮੀਨੇਸ਼ਨ ਆਪਾਂ ਇਹਨੂੰ ਕਹਿ ਸਕਦੇ ਹਾਂ। ਅੱਛਾ, ਰਿਦਮ ਬੋਇਜ਼ ਦੀ ਗੱਲ ਕਰੀਏ ਤਾਂ ਰਿਦਮ ਬੋਇਜ਼ ਨੂੰ ਕਾਫੀ ਹੱਦ ਤੱਕ ਕਲੀਅਰ ਹੈ ਕਿ ਉਹਨਾਂ ਦੀ ਸਟੋਰੀ ਉਹ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ, ਸਟੋਰੀ ਦਾ ਫੋਕਸ ਕੀ ਹੈ। ਸੋ ਇਸ ਫਿਲਮ ਨੂੰ ਜਿਸ ਤਰ੍ਹਾਂ ਉਹਨਾਂ ਨੇ ਸੋਚਿਆ ਸੀ ਕਿ ਇਹ ਆਊਟ ਐਂਡ ਆਊਟ ਇੱਕ ਕਾਮੇਡੀ ਫਿਲਮ ਹੋਵੇਗੀ, ਲਾਈਟ ਐਂਟਰਟੇਨਰ ਫਿਲਮ ਹੋਵੇਗੀ, ਇਸ 'ਚ ਉਹ ਬਿਲਕੁਲ ਕਾਮਯਾਬ ਹੋ ਜਾਂਦੇ ਨੇ। ਆਪਾਂ ਆਲਰੇਡੀ ਪਾਕਿਸਤਾਨੀ ਐਕਟਰਸ ਦੀ ਗੱਲ ਕਰ ਚੁੱਕੇ ਹਾਂ, ਅਤੇ ਹੁਣ ਗੱਲ ਕਰਦੇ ਹਾਂ ਇਸ ਫਿਲਮ ਦੇ ਲੀਡ ਐਕਟਰ ਅਮਰਿੰਦਰ ਗਿੱਲ ਦੀ। ਅਮਰਿੰਦਰ ਗਿੱਲ ਇੱਕ ਬ੍ਰਿਲੀਅੰਟ ਐਕਟਰ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਕਿਸ ਮੂਡ ਦੇ ਨਾਲ ਕਿਸ ਇਮੋਸ਼ਨ ਨੂੰ ਇਨਕਲਕੇਟ ਕੀਤਾ ਜਾਂਦਾ ਹੈ। ਅਮਰਿੰਦਰ ਗਿੱਲ ਇਸ ਫਿਲਮ 'ਚ ਵੀ ਆਪਣਾ ਮੈਟਲ ਪ੍ਰੂਫ ਕਰਦੇ ਨੇ, ਕਿਉਂਕਿ ਇਹ ਆਊਟ ਐਂਡ ਆਊਟ ਕਾਮੇਡੀ ਫਿਲਮ ਹੈ, ਅਤੇ ਕਾਮੇਡੀ ਦਾ ਸਭ ਤੋਂ ਇੰਪੋਰਟੈਂਟ ਐਲੀਮੈਂਟ ਹੁੰਦਾ ਜੀ ਟਾਈਮਿੰਗ। ਅਮਰਿੰਦਰ ਦੀ ਡਾਇਲੋਗ ਡਿਲੀਵਰੀ ਅਤੇ ਉਹਨਾਂ ਦੇ ਐਕਸਪ੍ਰੈਸ਼ਨ ਟਾਈਮਿੰਗ ਨਾਲ ਬਿਲਕੁਲ ਮੈਚ ਕਰਦੇ ਨੇ, ਅਤੇ ਜੋ ਉਹਨਾਂ ਦਾ ਸਟਾਈਲ ਆਫ ਨਰੇਸ਼ਨ ਹੈ ਜਾਂ ਡਾਇਲੋਗ ਡਿਲੀਵਰੀ ਹੈ ਉਹ ਵੀ ਔਸਮ। ਇਸ ਫਿਲਮ 'ਚ ਆਪਾਂ ਲੀਡ ਐਕਟਰਸ ਦੀ ਗੱਲ ਕਰ ਰਹੀ ਹੈ ਤਾਂ ਲੀਡ ਰੋਲ 'ਚ ਨਜ਼ਰ ਆ ਰਹੇ ਨੇ ਸਿਮੀ ਚਹਿਲ। ਸਿਮੀ ਚਹਿਲ ਨੇ ਬਹੁਤ ਅੱਛਾ ਕੰਮ ਕੀਤਾ, ਉਹ ਇਸ ਫਿਲਮ 'ਚ ਅਮਰਿੰਦਰ ਗਿੱਲ ਦੇ ਲਵ ਇੰਟਰਸਟ ਦਾ ਰੋਲ ਪਲੇ ਕਰ ਰਹੇ ਨੇ। ਹਾਲਾਂਕਿ ਇਸ ਫਿਲਮ 'ਚ ਉਹਨਾਂ ਕੋਲ ਕੁਛ ਖਾਸ ਪਰਫੋਰਮ ਕਰਨ ਨੂੰ ਨਹੀਂ ਹੈ, ਬਟ ਸਟਿਲ ਉਹਨਾਂ ਨੂੰ ਸਕਰੀਨ 'ਤੇ ਦੇਖ ਕੇ ਬੜਾ ਅੱਛਾ ਲੱਗਦਾ ਹੈ। ਅਗੇਨ ਇਹ ਜਿਹੜੀ ਫਿਲਮ ਹੈ ਉਹ ਹੀਰੋ ਡਰਿਵਨ ਫਿਲਮ ਨਹੀਂ ਹੈ, ਇਸ ਦੇ ਜਿਹੜੇ ਬਾਕੀ ਕੈਰੇਕਟਰਸ ਨੇ ਉਹ ਇਕੁਅਲੀ ਇੰਪੋਰਟੈਂਟ ਨੇ। ਇਸ ਫਿਲਮ ਦੇ ਜਿਵੇਂ ਸਪੋਰਟਿੰਗ ਕਾਸਟ 'ਚ ਨਜ਼ਰ ਆ ਰਹੇ ਨੇ ਹਰਦੀਪ ਗਿੱਲ, ਉਹਨਾਂ ਦਾ ਜਿਹੜਾ ਕੰਮ ਹੈ ਉਹ ਕਨਵਿੰਸਿੰਗ ਹੈ। ਫਿਲਮ ਦੇ ਦੂਜੇ ਐਕਟਰ ਗੁਰਸ਼ਬਦ, ਅਜੇ ਉਹਨਾਂ ਨੂੰ ਐਕਟਿੰਗ 'ਚ ਮਿਹਨਤ ਕਰਨ ਦੀ ਲੋੜ ਹੈ, ਅਤੇ ਬੈਟਰ ਇਹ ਹੈ ਕਿ ਉਹ ਆਪਣੇ ਐਕਟਿੰਗ ਸਕਿੱਲਸ ਨੂੰ ਹੋਰ ਸਟਰੋਂਗ ਕਰਕੇ ਪਰਦੇ ਅੱਗੇ ਆਉਣ, ਅਦਰਵਾਈਜ਼ ਜਿਹੜਾ ਉਹਨਾਂ ਦਾ ਕੈਰੇਕਟਰ ਹੈ ਉਹ ਲੋਕਾਂ ਵੱਲੋਂ ਬਿਲਕੁਲ ਲਾਈਕ ਕੀਤਾ ਜਾਏਗਾ। ਪਰ ਐਕਟਿੰਗ ਜੇ ਆਪਾਂ ਐਜ਼ ਅ ਸਕਿੱਲ ਦੀ ਗੱਲ ਕਰੀਏ, ਹੀ ਨੀਡਸ ਟੂ ਵਰਕ ਮੋਰ।
बट एज अ सिंगर ही इज अ गुड सिंगर ते इस फिल्म च उन्होंने जो गाना है वह भी लोगों ने खूब पसंद किया। इस फिल्म डायरैक्ट किया जनजोत सिंह ने ते जो डायरैक्टर का काम है वह काफ़ी डीसेंट है। उस तो अलावा फिल्म के म्यूजिक की गल करिए फिल्म के कई ट्रैक्स है जिस तरह टाइटल ट्रैक है वह ऑलरेडी लोगों के जुबान से चढ़ गया है, वह पॉपूलर हो चुका है। तो खास करके जिहड़ा एक प्रमोशनल गाना है जो कि अमरिंदर गिल ते निमरत खैरा ते फिल्माया गया है वह भी काफ़ी पॉपूलर है। सो इस वीकेंड से तुसी अपने फैमिली दे नाल ये फिल्म डेफिनेटली देखन जा सकते हो। एक फुल ऑन एंटरटेनिंग फिल्म है जिस तू देख के तुसी अपनी फैमिली दे नाल चंगा टाइम स्पेंड करोगे ते इस फिल्म नू देख के डेफिनेटली जिहड़ा तुहाडा मूड है वो अच्छा हो ही जाएगा। अगली बार लैके आवांगे एक होर फिल्म, गल करांगे होर फिल्म दी ते बत्ती बालांगे। टिल देन टेक केयर, गुड बाय, सत श्री अकाल।